ਸੋਹਬਤਪੁਰੇ ਥਾਣੇ ਦੀ ਇਮਾਰਤ ਖੰਡਰਾ ਤੇ ਤਬਦੀਲ ਕੀ ਗਈ ਇਮਾਰਤ ਦੇ ਅੱਧੇ ਕਮਰੇ ਜ਼ਮੀਨ ਬੋਸ ਥੀ ਗੇ ਬਾਕੀ ਢਾਣ ਆ ਲੇਨ 2000 ਤੋਂ 2012 ਦੇ 2 ਖਤਰਨਾਕ ਸੇਲਾਬਾਂ ਥਾਣਾ ਸੋਹਬਤਪੁਰ ਦੀ ਇਮਾਰਤ ਨੂੰ ਨੁਕਸਾਨ ਪਹਿਆ ਥਾਣੇ ਦੇ ਅੱਧੇ ਤੋਂ ਜ਼ਿਆਦਾ ਕਮਰੇ ਜ਼ਮੀਨ ਬੋਸ ਥੀ ਚੁਕਿਏ ਬਾਕੀ ਵੀ ਢਹਣ ਆ ਲਿਏ ਹਨ ਇਮਾਰਤ ਦੀਆਂ ਦੀਵਾਰਾਂ ਖੜੇ ਥੀ ਚੁਕੇ ਪਲਸਟਰ ਢਹਿ ਚੁਕੇ ਜ਼ਿਲ੍ਹਾ ਸਹਬਤਪੁਰਦਾ ਸ਼ਮਾਰ ਅਮਨੁਅਮਾਨ ਦੇ ਹਵਾਲੇ ਨਾਲ ਹਸਾਸ ਤਰੀਨ ਜ਼ਿਲ੍ਹਾ ਥੀਂਦੇ ਕਹੀਂ ਵੀ ਵੇਲੇ ਕੋਈ ਵੀ ਵੱਡਾ ਵਾਕਿਆ ਥੀ ਸਕਦੇ ਲੋਜੇ ਪਾਸੋਂ ਪੁਰਾਣੇ ਥਾਣੇ ਦੇ ਸਾਹਮਣੇ ਮਹਿਕਮਾ ਪੁਲਿਸ ਦੀ ਤਰਫੋਂ ਥਾਣੇ ਕਿਤੇ ਨਵੀਂ ਇਮਾਰਤ ਤਾਮੀਰ ਕੀਤੀ ਗਈ ਪਰ ਇਨੀ ਤਾਮੀਰ ਵਿੱਚ ਨਾਕਸ ਮਟੀਰੀਅਲ ਦੇ ਇਸਤੇਮਾਲ ਕੀਤਾ ਗਿਆ ਜ਼ਿਲ੍ਹਾ ਪੁਲਿਸ ਅਫਸਰ ਸੈਦ ਅਸ਼ਫਾਕ ਅਨਵਾਰ ਤਾਮੀਰاتی ਕੰਮ ਵਿੱਚ ਨਾਕਸ ਮਟੀਰੀਅਲ ਦੇ ਇਸਤੇਮਾਲ ਥੀਂਣ ਦੇ ਥਾਣਾ ਸ਼ਿਫਟ ਕਰਨ ਤੋਂ ਇਨਕਾਰ ਕਰ ਦਿੱਤਾ ਪੁਲਿਸ اہلکار ਆਪਣੀ ਜਾਨ ਹਥੇਲੀ ਤੇ ਰੱਖ ਤੇ ਖੰਡਰ ਬਣੀ ਇਮਾਰਤਾਂ ਦੇ ਜੀ ਫਰੈਜ਼ ਅੰਜਾਮ ਲੈਣ ਦੇ ਮਜਬੂਰ ਹਨ